ਉਹੀ ਗੱਲ ਆਖਦੇ ਭਾਈ ਤੂੰ ਰਾਜਪੂਤ ਵਾਸਤੇ ਕੀ ਕਰਾਂਗੇ ਰਕਸ਼ਣ ਹੋਣਾ ਚਾਹੀਦਾ ਜੰਮੂ ਕਸ਼ਮੀਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਉਹਦੇ ਪ੍ਰਧਾਨ ਉਹਦੀ ਪੂਰੀ ਟੀਮ ਮੇਰੇ ਕੰਨੇ ਹੈ ਔਰ ਅਰਜੁਨ ਸਿੰਘ ਭਲਵਾਲ ਹੋਣ ਜਿਹੜੇ ਇਹਦੇ ਪ੍ਰਧਾਨ ਅੱਜ ਇਹਨੇ ਇੱਕ ਪ੍ਰੈਸ ਵਾਰਤਾ ਸੰਬੋਧਿਤ ਕੀਤਾ ਆਰਕਸ਼ਣ ਉੱਪਰ ਰਿਜ਼ਰਵੇਸ਼ਨ ਦੇ ਖਿਲਾਫ ਆਵਾਜ਼ ਚੁੱਕੀ ਬੜੇ ਲੇਟ ਹੋਈ ਹੈ ਕੀ ਜ਼ਰੂਰਤ ਪਈ ਆਵਾਜ਼ ਚੁੱਕਣੇ ਦੀ ਨਹੀਂ ਆਵਾਜ਼ ਆਹ ਬੜੀ ਪਹਿਲੇ ਚੁੱਕੀ EWS ਉੱਪਰ ਸਾਰੀ ਲੜਾਈ ਚੱਲਾ ਸੀ ਕਰਨੀ ਸੈਨਾ ਦੀ ਅਸ ਪੂਰੇ ਹਿੰਦੁਸਤਾਨ 'ਚ ਗੇ ਚਲਾ ਦੀ ਅਤੇ ਸਾਰਾ ਸੰਗਠਨ ਨਵਾਂ ਗਾ ਬਣਿਆ ਤਾ ਹੁਣ ਜੰਮੂ 'ਚ ਤੁਸੀਂ ਪਤਾ ਔਰ ਇੱਥੇ ਵੀ ਅਸੀਂ ਇਹਦੇ ਕੋਲ ਪਹਿਲੇ ਸ਼ਾਇਦ ਤੋਂ ਸਾਡੇ ਕੋਲ ਪਹਿਲੀ ਵਾਰ ਮਿਲਿਓ ਦੋ ਤਿੰਨ ਵਾਰੀ ਅਸੀਂ ਪਹਿਲੇ ਵੀ ਬਾਈਡੀ ਦੀ ਦੇ ਚੁੱਕੇ ਹਾਂ ਔਰ ਅੱਜ ਵਾਲਾ ਇੱਕ ਹਫ਼ਤਾ ਪਿਛਲੇ ਹਫ਼ਤੇ ਵੀ ਅਸੀਂ ਇਹਦੇ ਪ੍ਰੋਵਾਈਡ ਦਿੱਤੀ ਹੈ ਔਰ ਸਾਡੇ ਜਿਹੜੇ ਸਪੋਕ ਪਰਸਨ ਉਹਨੇ ਵੀ ਇੱਕ ਦੋ ਵਾਰੀ ਇਹਦੇ ਉੱਪਰ ਗੱਲ ਕੀਤੀ ਹੈ ਇਹਦੀ ਜ਼ਰੂਰਤ ਸਾਨੂੰ ਇਹ ਪਈ ਹੈ ਕਿ ਦੇਖੋ ਜਦੋਂ ਅਸ ਜਗ੍ਹਾ ਜਗ੍ਹਾ ਜਾਂਦੇ ਹਾਂ ਨਾ ਅਸੀਂ ਜਿਹੜੀ ਲੋਕਾਂ ਦੀਆਂ ਗੱਲਾਂ ਸੁਣਿਆ ਕਿਉਂਕਿ ਅਗਰ ਮੈਂ ਪ੍ਰੈਜੀਡੈਂਟ ਹਾਂ ਤਾਂ ਮੈਂ ਹਰ ਡਿਸਟ੍ਰਿਕਟ 'ਚ ਜਾਂਦਾ ਹਰ ਜ਼ਿਲ੍ਹੇ 'ਚ ਜਦੋਂ ਅਸ ਜਾਂਦੇ ਹਾਂ ਤਾਂ ਉੱਥੇ ਸਾਨੂੰ ਸਾਡੇ ਕੰਨੇ ਵੀ ਜਵਾਬ ਲੋਕ ਪੁੱਛਦੇ ਨੇ ਆਪਣੇ ਸੰਸਥਾ ਦਾ ਵਿਸਤਾਰ ਕਰਨ ਦਾ ਹਾਂਜੀ ਆਪਣੀ ਵਿਸਤਾਰ ਕਰਨ ਵਾਸਤੇ ਜੁਲਾਸ ਜਾਂਦੇ ਹਾਂ ਆਪਣੀ ਕਰਨੀ ਸੈਨਾ ਦਾ ਜੁਲਾਸ ਵਿਸ਼ਾਲਤਾ ਦੇਣ ਵਾਸਤੇ ਕੋਈ ਵੀ ਡਿਸਟ੍ਰਿਕਟ ਜਾ ਹਰ ਜਗ੍ਹਾ ਸਾਡੇ ਕੋਲ ਇਹ ਪੁਆਇੰਟ ਹੁੰਦਾ ਸਾਡੇ ਜਿਹੜੇ ਕਿਉਂਕਿ ਸਾਡੇ ਕਹਿੰਦਾ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਜੁੜਿਆ ਲੱਗੀ ਆ ਉਹ ਇਹ ਗੱਲ ਆਖਦੇ ਭਾਈ ਤੁਸੀਂ ਰਾਜਪੂਤ ਵਾਸਤੇ ਕੀ ਕਰਾ ਦਿਓ ਸਾਨੂੰ ਪਹਿਲਾ ਕੁਸ਼ਚਨ ਸਾਡੇ ਵਾਸਤੇ ਇਹ ਹੁੰਦਾ ਅਤੇ ਕਿ ਸਾਨੂੰ ਆਰਕਸ਼ਣ ਦੀ ਵਜ੍ਹਾ ਕਰਨਾ ਸਾਡੇ ਇਹ ਬੱਚੇ ਰਹੀ ਇਹਨਾਂ 90% ਨੰਬਰ ਲੈਤੇ ਦੇ ਇਹਨਾਂ 80% ਨੰਬਰ ਲੈਤੇ ਦੇ ਹੈ ਨਾ ਉਹ ਚੀਜ਼ ਸਾਨੂੰ ਜ਼ਰੂਰਤ ਪਈ ਕਿ ਨਹੀਂ ਇਹਦੇ ਵਾਸਤੇ ਅਸੀਂ ਲੜਾਈ ਲੜਨਾ ਪਾਉਣੀ ਲੜਨਾ ਇੱਕ ਪਾਉਣੀ ਕਿ ਲੜਾਈ ਸਾਰੀ ਲੜ ਮੈਂ ਇਹ ਨਹੀਂ ਆਖਦਾ ਕਿ ਤੁਸੀਂ ਆਰਕਸ਼ਣ ਆ ਸਿੰਘ ਦਿਓ ਆਸ ਇਹ ਗੱਲ ਆਖਣਾ ਕਿ ਜੁੱਸੀ ਜ਼ਰੂਰਤ ਹੈ ਇਸ ਚੀਜ਼ ਦੀ ਜਾਤੀਵਾਦ ਉੱਪਰ ਆਰਕਸ਼ਣ ਨਹੀਂ ਹੋਣਾ ਚਾਹੀਦਾ ਅੱਛਾ ਨਹੀਂ ਮੇਨ ਡਿਮਾਂਡ ਕੀ ਰੱਖਦੇ ਹੋ ਤੁਸੀਂ ਕੀ ਆਖਦੇ ਹੋ ਕਿ ਆਰਕਸ਼ਣ ਖਤਮ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ ਨਹੀਂ ਅਗਰ ਖਤਮ ਹੋਈ ਆ ਤਾਂ ਬਹੁਤ ਅੱਛੀ ਚੀਜ਼ ਆ ਕਿਉਂਕਿ ਨਹੀਂ ਤੁਸੀਂ ਕੀ ਪਿੱਚ ਕਰਨਾ ਚਾਹਦੇ ਹੋ ਤੋ ਗੱਲ ਕੀ ਰੱਖਣਾ ਚਾਹੁੰਦੇ ਮੈਂ ਗੱਲ ਇਹ ਰੱਖਣਾ ਚਾਹੁੰਦਾ ਕਿ ਅਗਰ ਆਰਕਸ਼ਣ ਗੌਰਮੈਂਟ ਨੇ ਜਿਹੜਾ ਆਰਕਸ਼ਣ ਹੈ ਬੰਦ ਨਹੀਂ ਕਰਨਾ ਉਹ ਮੈਨੂੰ ਵੀ ਪਤਾ ਹੈ ਕਿ ਜੁੱਸੀ ਜ਼ਰੂਰਤ ਹੈ ਜਾਤੀਵਾਦ ਉੱਪਰ ਨਹੀਂ ਹੋਣਾ ਚਾਹੀਦਾ ਕਾਸਟ ਬੇਸ ਨਹੀਂ ਆਰਕਸ਼ਣ ਹੋਣਾ ਚਾਹੀਦਾ ਲੇਕਿਨ ਕਾਸਟ ਬੇਸ ਨਹੀਂ ਆਰਕਸ਼ਣ ਹੋਣਾ ਚਾਹੀਦਾ ਕਾਸਟ ਬੇਸ ਉੱਪਰ ਨਹੀਂ ਹੋਣਾ ਚਾਹੀਦਾ ਕਿਹੜੇ ਬੇਸ ਉੱਪਰ ਹੋਇਆ ਇਹ ਹੋਣਾ ਚਾਹੀਦਾ ਤੁਹਾਡੀ ਜਿਹੜੀ ਗਰੀਬੀ ਰੇਖਾ ਜਿਹੀਆਂ ਅਸੀਂ ਨਾ ਕੰਟਰੋਲ ਦਾ ਆਟਾ ਦਿੰਦੇ ਹਾਂ ਰਾਸ਼ਨ ਦਿੰਦੇ ਹਾਂ ਤੁਸੀਂ ਦੇਖਿਆ ਹੋਣਾ BPL BPL ਉੱਪਰ ਕਿਆ ਹੋਣਾ ਚਾਹੀਦਾ ਇਹ ਵੀ ਹੋਣਾ ਚਾਹੀਦਾ ਜਿਹਦੇ 'ਚ ਜਾਤ ਪਾਤ ਨਹੀਂ ਹੋਣੀ ਚਾਹੀਦੀ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਵੀ ਹੋਵੇ ਹੈਨਾ ਅੱਛਾ ਅਗਰ ਕਾਸਟ ਬੇਸ ਹੈ ਤਾਂ ਕੀ ਨੁਕਸਾਨ ਹੋ ਰਿਹਾ ਮਤਲਬ ਆਰਕਸ਼ਣ ਇੰਨੇ ਵੀ ਹੈ ਤਾਂ ਉਹਨੇ ਵੀ ਹੈ ਫਿਰ ਕੀ ਨੁਕਸਾਨ ਨਹੀਂ ਨੁਕਸਾਨ ਆਸੀ ਨਾ ਸਾਡੇ ਗਰੀਬੀ ਨੁਕਸਾਨ ਹੈ ਜਿਹੜੀ ਸਾਡੀ ਜਨਰਲ ਕੈਟਾਗਰੀ ਦੇ ਲੋਕ ਹਨ ਜਾਂ ਇਹਦੇ ਵਰਗ ਦੇ ਲੋਕ ਹਨ ਜਿਹੜੇ ਗਰੀਬ ਲੋਕ ਹਨ ਮੈਂ ਤੁਸੀਂ ਕੀ ਮੈਂ ਦੱਸਣਾ ਚਾਹੁੰਦਾ ਇੱਕ ਘਰ ਅਸ ਗਏ ਰਹੇ ਉਹਦੀਆਂ 3 ਬੱਚੀਆਂ ਔਰ ਉਹ ਕਿਸੇ ਦਾ ਘਰ ਜੀ ਹੈ ਜਿਹੜੇ ਲੋਕ ਕਿਤਾਬਾਂ ਖਰੀਦੀ ਸਕਦੇ ਉਹਦਾ ਫੋਟੋ ਖਿੱਚੀਏ ਘਰ ਆਣਨਾ ਔਰ ਉਹਨੇ ਪੜ੍ਹਨਾ ਔਰ 90% ਉਹਨੇ ਨੰਬਰ ਲੈਤੇ ਸਾਰੀਆਂ ਘਰ ਬੈਠੀਆਂ ਕਿਆ ਉਹਨੇ ਆਰਕਸ਼ਣ ਦੀ ਜ਼ਰੂਰਤ ਨਹੀਂ ਮੈਰਿਟ ਕਰਨੇ ਕੰਪਰੋਮਾਈਜ਼ ਹੋਇਆ ਤੁਸੀਂ ਆਖਾ ਦਿਓ ਬਿਲਕੁਲ ਅਗਰ ਤੁਸੀਂ ਮਹਾਰਾਜ ਸਾਡਾ ਦੇਸ਼ ਵੀ ਇੱਥੋਂ ਕਮਜ਼ੋਰ ਹੋਇਆ ਆਰਕਸ਼ਣ ਦੀ ਵਜ੍ਹਾ ਕਰਨਾ ਸਾਡਾ ਦੇਸ਼ ਕਮਜ਼ੋਰ ਹੋਇਆ ਸਹੀ ਜਿਹੜਾ ਇੱਕ ਮੈਂ ਤੁਸੀਂ ਕੀ ਸਹੀ ਕੈਸੀ ਗੱਲ ਕਰਦੇ ਹੋ ਜਿਹੜੇ ਸ਼ੁਰੂਆਤ ਹੋਈ ਉਹਨੇ ਆਖਿਆ ਰਹੇ ਮਜ਼ਬੂਤ ਹੋ ਗਏ ਦਬੋਏ ਦੇ ਚੁਕੋਂਗਣ ਹਾਲਾਂਕਿ ਉਸ ਵੇਲੇ 10-20-30% ਪਤਾ ਨਹੀਂ ਤੋਂ ਫੈਕਟਸ ਸੁਣਾ ਦੇ ਕਿਸੇ ਮੈਂ ਤੁਹਾਡੀ ਪ੍ਰੈਸ ਕਾਨਫਰੰਸ ਸੁਣਾ ਦਾ ਲੇਕਿਨ ਉਹ ਇਸ ਵੇਲੇ ਵੱਧਦੇ ਜੇ ਐਂਡ ਕੇ ਦੀ ਗੱਲ ਕਰਕੇ 70% ਹੋਈ ਦਾ ਹਾਲਾਂਕਿ OBC ਦਾ ਲਈ 19% ਪੈਂਡਿੰਗ ਹੈ ਅਤੇ ਉਹ ਸੋਚੋ 99% ਹੋਈ ਜਾਣਾ ਬੜੇ ਸਾਰੇ ਪਤਾ ਨਹੀਂ ਚੱਲਣਾ 99 ਹੋਈ ਜਾਣਾ ਹਾਂ ਜੋਲੇ ਤੁਹਾਡੀ ਗੱਲ ਸਹੀ ਹੈ ਕਿ ਇਹਨੇ ਜੋਲੇ ਆਰਕਸ਼ਣ ਸ਼ੁਰੂ ਕੀਤਾ ਇਹਨੇ ਆਖਿਆ ਸਾਰਾ ਦੇਸ਼ ਮਜ਼ਬੂਤ ਹੋਣਾ ਤਾਂ ਹੋਇਆ ਵੀ ਇਸ ਚੀਜ਼ ਕੀ ਮੰਨਣਾ ਪਊ ਲੇਕਿਨ ਫਿਰ ਤੁਹਾਡੀ ਸਟੇਟਮੈਂਟ ਥੋੜੀ ਕੰਟਰਡਿਕਟਰੀ ਹੋਈ ਹੈ ਨਾ ਨਹੀਂ ਓਲਾ ਹੋਇਆ ਕੋਲ ਉਸਲਾ ਹੋਇਆ ਕਿਉਂਕਿ ਜਿਹੜੇ ਲੋਕ ਦਬੋਏ ਦੇ ਹੁਣ ਉੱਪਰ ਚੁੱਕਣਾ ਅੱਛਾ ਉੱਪਰ ਚੁੱਕਣਾ ਔਰ ਅੱਜ ਜੋਲੇ ਸਾਰਾ ਲੈਵਲ ਬਰਾਬਰ ਹੋਈ ਆ ਅੱਜ ਤੁਸ ਦਫ਼ਤਰ ਚਲੀ ਜਾਓ ਕੋਲੇ ਚਲੀ ਜਾਓ ਤੁਸੀਂ ਦੇਖੋ ਉੱਥੇ ਭਾਈ ਕਿਹੜੀ ਕੋਹਦੇ ਕੋਲ ਕਿਹੜੀ ਪੋਸਟ ਹੈ ਹੈਨਾ ਜਨਰਲ ਕੈਟਾਗਰੀ ਬਿਲਕੁਲ ਦਵਾਉਂਦੇ ਗਏ ਖਾਸ ਕਰ ਰਾਜਪੂਤੇ ਪਿੱਛੇ ਤੁਸੀਂ ਪਤਾ ਸਾਰੀ ਦੁਨੀਆ ਪਈ ਦੀ ਔਰ ਅਸ ਚਾਹੁੰਦੇ ਹਾਂ
ਕਿ ਮੈਂ ਇੱਕ ਰਾਜਪੂਤ ਦੀ ਅੱਜ ਇੱਥੇ ਬੈਠਾ ਮੈਂ ਰਾਜਪੂਤ ਪੁੱਤਰ ਦੀ ਗੱਲ ਕੀਤੀ ਆਪਣਾ ਵੋਟ ਬੈਂਕ ਨਹੀਂ ਮਜ਼ਬੂਤ ਕਰਾ ਇਹ ਕਹਿ ਲਈ ਰਾਜਪੂਤ ਮੈਂ ਜਦੋਂ ਮੈਂ ਇਲੈਕਸ਼ਨ ਲੜਗਾ ਨਾ ਜਦੋਂ ਪਹਿਲਾਂ ਰਾਜਪੂਤ ਵੋਟ ਬੈਂਕ ਇਲੈਕਸ਼ਨ ਤਾਂ ਨਹੀਂ ਹੁੰਦਾ ਸਮਾਜ ਦਾ ਵੀ ਹੁੰਦਾ ਨਾ ਸਪੋਰਟ ਵੀ ਤਾਂ ਹੁੰਦੀ ਨਾ ਜਿਹੜਾ ਜਾਂਗਨ ਜਦੋਂ ਉਹ ਮਜ਼ਬੂਤ ਨਹੀਂ ਕਰਾ ਦੇ ਇੰਨੀ ਆਖੀਏ ਬਾਈ ਡਰਾਈ ਹੈ ਰਾਜਪੂਤ ਦੇ ਵਿੱਚ ਦੁਨੀਆ ਵੇਰੀ ਸਾਰੇ ਰਾਜਪੂਤ ਇਕੱਠੇ ਹੋਏ ਸੀ ਤੁਹਾਡੇ ਕੋਲ ਆਈ ਆ ਨਹੀਂ 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 ਐਸਾ ਕੁਛ ਨਹੀਂ ਹੈ ਮੈਂ ਤੁਸੀਂ ਪਤਾ ਕਿ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਭਾਈਚਾਰਾ ਕਮੇਟੀ ਲਈ ਕਰਨਾ ਚਲਾ ਜੀ ਮੈਂ ਹਰ ਜਾਤੀ ਪਿੱਛੇ ਕਹਿ ਲਈ ਵੇਦਨ ਹਰ ਜਾਤੀ ਕਰਨ ਲਈ ਚਲਾ ਦਾ ਉਹ ਸੁਣ ਅਸ ਸੁਣਦੇ ਅਸ ਸੁਣਦੇ ਨਾ ਅਸ ਜਿੱਥੇ ਵੀ ਜਾਂਦੇ ਹਾਂ ਸਾਡੇ ਯਾਰ ਦੋਸਤ ਵੀ ਹਨ ਸਾਡੇ ਇੰਨੀਆਂ ਵੀ ਹਨ ਦੁਸ਼ਮਣ ਤਾਂ ਚਲੋ ਕੋਈ ਨਹੀਂ ਹੈ ਮੇਰਾ ਆਖਣ ਦਾ ਮਤਲਬ ਇਹ ਹੈ ਕਿ ਜਾਤੀਵਾਦ ਉੱਪਰ ਜਿਹੜਾ ਆਰਕਸ਼ਣ ਨਹੀਂ ਹੋਣਾ ਚਾਹੀਦਾ ਜਿਹੜਾ ਜਿਸ ਮੁੱਦੇ ਪਰ ਅਸੀਂ ਅੱਜ ਬੈਠੇ ਦੇ ਹਾਂ ਕਿ ਅਗਰ ਆਰਕਸ਼ਣ ਹੋਣਾ ਚਾਹੀਦਾ ਤਾਂ ਇੱਕ ਕੰਡੀਸ਼ਨ ਉੱਪਰ ਹੋਣਾ ਚਾਹੀਦਾ ਉਹਦੇ ਘਰ ਦੀ ਕੰਡੀਸ਼ਨ ਕੀ ਹੈ ਉਹਦੇ ਉੱਪਰ ਹੋਣਾ ਚਾਹੀਦਾ ਚਾਹੇ ਉਹ ਕੋਈ ਵੀ ਜਾਤੀ ਠੀਕ ਹੈ ਜਾਤੀਵਾਦ ਉੱਪਰ ਆਰਕਸ਼ਣ ਨਹੀਂ ਹੋਣਾ ਚਾਹੀਦਾ ਤੁਹਾਡੇ ਸਾਥੀ ਸਭਾ ਇੱਕ ਯੁਵਾ ਰਾਜਪੂਤ ਸਭਾ ਉਹਨੇ ਵੀ ਇੱਕ ਵੱਡਾ ਐਲਾਨ ਕਰ ਜਿਹੜਾ ਹੈ ਐਜੀਟੇਸ਼ਨ ਕਰਨ ਜਾ ਰਹੇ ਹਾਂ ਉਹ ਜਿੱਥੇ ਤੁਸੀਂ ਖੜੋਤੇ ਹੋ ਸੇਮ ਜਗ੍ਹਾ ਉੱਪਰ ਕੋਈ ਲਗਭਗ ਮਹੀਨਾ ਡੇਢ ਮਹੀਨੇ ਪਹਿਲਾਂ ਗ੍ਰਾਮੀਣ ਬ੍ਰਾਹਮਣ ਸਭਾ ਉਹਦੇ ਪ੍ਰਧਾਨ ਪੀ ਏ ਆਖਿਆ ਕਿ ਆਰਕਸ਼ਣ ਨਹੀਂ ਹੋਣਾ ਚਾਹੀਦਾ ਹੁਣ ਇਹ ਕੁਦਾ ਇੱਕ ਚਰਚਾ ਚੱਲਣਾ ਹੀ ਪੈਂਦੀ ਕਿਸ਼ ਤੁਹਾਨੂੰ ਲੱਗਦਾ ਕਿ ਹੁਣ ਇਹ ਸਾਰੇ ਹੀ ਨੇ ਗੱਲਬਾਤ ਕਰ ਰਹੇ ਹਨ ਤਾਂ ਕਰੀਏ ਫਿਰ ਤੁਸੀਂ ਵੀ ਇਹ ਗੱਲ ਕਰਾ ਦੇ ਨਹੀਂ ਨਹੀਂ ਸਾਡਾ ਤਾਂ ਬਿਲਕੁਲ ਕਲੀਅਰ ਆ ਬੜੀ ਪਹਿਲੇ ਦੀ ਗੱਲ ਕਰ ਰਹੇ ਹਾਂ ਤੋਂ ਡੇਢ ਦੋ ਮਹੀਨੇ ਦੀ ਗੱਲ ਕਰਾ ਦਿਓ ਮੈਂ ਕਹਾਂ ਫ੍ਰੀਕੁਐਂਟਲੀ ਥੋੜ੍ਹੇ ਟਾਈਮ 'ਚ ਚਰਚਾ ਤੇਜ਼ ਹੋਈ ਹਾਂ ਚਰਚਾ ਤੇਜ਼ ਤਾਂ ਹੋਈ ਕਿ ਸਾਰੇ ਹੀ ਲੱਗਦਾ ਕਿ ਸਹੀ ਹੈ ਚੀਜ਼ ਚਰਚਾ ਕੀ ਹੋਈ ਅਗਰ ਮੈਂ ਤੁਹਾਡੇ ਕੋਲ ਤਾਂ ਹੀ ਜਾਣਾ ਕਿ ਉਹ ਚੀਜ਼ ਸਹੀ ਹੋ ਅਗਰ ਤੁਸੀਂ ਕੋਈ ਚੀਜ਼ ਦਾ ਬਿਆਨ ਦਿਨੋ ਕੁਝ ਕੰਮ ਕਰਾ ਦਿਓ ਤੇ ਮੈਂ ਤੁਹਾਡੇ ਕੋਲ ਤਾਂ ਹੀ ਜਾ ਸਕਣਾ ਅਗਰ ਮੈਂ ਲੱਗ ਵੀ ਇਹ ਚੀਜ਼ ਸਹੀ ਹੈ ਤਾਂ ਸਾਰੇ ਸੰਗਠਨ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਮੰਚ ਬਣਾਈਏ ਚਾਹ ਐਜੀਟੇਸ਼ਨ ਕਰਕੇ ਬਿਲਕੁਲ ਸਾਰੇ ਇੱਕ ਮੰਚ ਬਣਾਈ ਜਾਣ ਜਿਹੜੀ ਤੁਸੀਂ ਆਖਦੇ ਬ੍ਰਾਹਮਣ ਸਭਾ ਮਹਾਜਨ ਸਭਾ ਮੈਂ ਸਿਰਫ ਗਿਣਾ ਦਾਂ ਜਿਹੜੇ ਜਿਹਦੇ ਕਨੇ ਗੱਲਬਾਤ ਹੋਈ ਦੀ ਤੇ ਉਹਨੇ ਆਖਿਆ ਐਜੀਟੇਸ਼ਨ ਕਰਨੀ ਹੈ ਫਿਰ ਤੂੰ ਉਹਦੇ ਕਨੇ ਚੱਲਣਾ ਅਸੀਂ ਦੇਖੋ ਚੱਲਦੇ ਕੋਸਾ ਕਰਨਾ ਨਹੀਂ ਅਸ ਕਰਨੀ ਸੈਨਾ ਕੋਹਾ ਕਰਨਾ ਨਹੀਂ ਚੱਲਦੀ ਲੇਕਿਨ ਅਸ ਅਗਰ ਅਸੀਂ ਪ੍ਰੋਟੈਸਟ ਕਰਨਾ ਪਊਗਾ ਅਗਰ ਸਾਨੂੰ ਲੱਗ ਕਿ ਇਹਦੀ ਜ਼ਰੂਰਤ ਹੈ ਤਾਂ ਅਸ ਪੱਕਾ ਕਰਕੇ ਰੋਡ ਮੈਪ ਕੀ ਹੈ ਰੋਡ ਮੈਪ ਕਲੀਅਰ ਹੈ ਰੋਡ ਮੈਪ ਬਿਲਕੁਲ ਕਲੀਅਰ ਹੈ ਕਿ ਜਿਵੇਂ ਅੱਜ ਅਸੀਂ ਇੱਕ ਮੈਸੇਜ ਦਿੱਤਾ ਗੌਰਮੈਂਟ ਕੀ ਹੈ ਨਾ ਇਹ ਬੜੀ ਵੱਡੀ ਲੜਾਈ ਹੈ ਇਹ ਕੋਈ ਨਿੱਕੀ ਲੜਾਈ ਨਹੀਂ ਹੈ ਕਿ ਤੁਸੀਂ ਆ ਕਿਉਂਕਿ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਦਿੱਤੀ ਹੈ ਕੱਲ੍ਹ ਦੋ ਚਾਰ ਅਸ ਪ੍ਰੋਟੈਸਟ ਕਰ ਗਏ ਤਾਂ ਸਾਨੂੰ ਉਹ ਮਿਲੀ ਆ ਉਹ ਚੀਜ਼ ਇਹ ਲੜਾਈ ਹੋ ਸਕਦਾ 10 ਸਾਲ ਦੀ ਹੋਇਆ 15 ਸਾਲ ਚੱਲਿਆ 20 ਸਾਲ ਚੱਲਿਆ ਲੇਕਿਨ ਇੱਕ ਦਿਨ ਇਹਦੇ ਉੱਪਰ ਜ਼ਰੂਰ ਕੋਈ ਨਾ ਕੋਈ ਐਸਾ ਨੇਤਾ ਜਿਹੜਾ ਇਹਦੇ ਬਾਰੇ ਸੋਚੇ ਆਪਣੇ ਵਾਲੇ ਨੇਤਾ ਗੁੱਥਣ ਮੈਂ ਗੱਲ ਮੰਗਾ ਦਾ ਲੇਕਿਨ ਤੁਸੀਂ ਨੇਤਾ ਵਿੱਚ ਬਾੜੀ ਉੜਿਆ ਇਹ ਬੋਰਡ ਮੈਂ ਵੀ ਪਾਇਆ ਬਾਈ ਆਪਣੇ ਵਾਲੇ ਗੁੱਥਣ ਦੇਖੋ ਆਪਣੇ ਵਾਲੇ ਅੱਗੇ ਵੀ ਅਸ ਰਿਕੁਐਸਟ ਕਰਕੇ ਮੈਂ ਰਿਕੁਐਸਟ ਕਰ ਗਏ ਉਹ ਬੋਰਡ ਬੋਰਡ ਮੰਗਣਾ ਤੁਹਾਡੇ ਕੋਲ ਆਏ ਰਿਕੁਐਸਟ ਕਰਨ ਉਹ ਤੋਂ ਰਿਕੁਐਸਟ ਕੀਤੀ ਹੈ ਨਾ ਬੋਰਡ ਇਹ ਪਹਿਲੇ ਸ਼ਖਸ ਜਿਹੜਾ ਆਖਿਆ ਰਿਕੁਐਸਟ ਕੀਤੀ ਬਾਕੀ ਕੋਈ ਮਿਲੇ ਨਹੀਂ ਸਾਨੂੰ ਨਹੀਂ ਨਹੀਂ ਰਿਕੁਐਸਟ ਜੋਲੇ ਕੋਈ ਚੀਜ਼ ਮੰਗਦਾ ਨਾ ਬੜਾ ਵੱਡਾ ਭਿਖਾਰੀ ਹੁੰਦਾ ਜਾਂ ਕਰੋੜਪਤੀ ਹੋਇਆ ਉਹ ਵੀ ਆਣੀ ਮੰਗਦਾ ਜੋਲੇ ਹੈ ਨਾ ਮੰਗਣਾ ਬਸ ਮੰਗਦੇ ਨੇ ਬੋਰਡ ਆਣੀ ਕੀ ਨਹੀਂ ਮੰਗਦੇ ਸਾਡੇ ਕੋਲ ਬਥੇਰੇ ਆਵਾ ਆਪਣੇ ਵਾਲੇ ਇੱਥੇ ਗਏ ਜੰਮੂ ਵਿੱਚ ਗਏ ਚਲੋ ਅਸ ਇਹਦੇ ਕੋਲ ਵੀ ਇਹਦੇ ਕੰਨੇ ਵੀ ਗੱਲ ਕਰਕੇ ਇਸ ਚੀਜ਼ ਦੀ ਹੈ ਨਾ ਭਾਈ ਇਹ ਚੀਜ਼ ਹੋਣੀ ਚਾਹੀਦੀ ਉਹ ਵੀ ਚਾਹੁੰਦੇ ਨੇ ਕਿ ਇਹ ਚੀਜ਼ ਹੋਣੀ ਚਾਹੀਦੀ ਬਟ ਹੁੰਦੀਆਂ ਮਜਬੂਰੀਆਂ ਕਿ ਅਗਰ ਅਸੀਂ ਇਹਦੇ ਉੱਪਰ ਬੋਲ ਚਾਹਿਆ ਸੁਣਿਆ ਤੁਸੀਂ ਸੁਣਿਆ ਉਹਨੇ ਕੁਦਾ ਕਿਹੜੀ ਚਾਹਤ ਰੱਖੀ ਕਿਹੜੀ ਆਹ ਦੇ ਕੋਲ ਸੁਣਿਆ ਨਹੀਂ ਤੁਹਾਨੂੰ ਬਾਹਰ ਹੀ ਬਾਹਰ ਕਿਵੇਂ ਰੱਖਣ ਕਿਉਂਕਿ ਜੋ ਇੱਕ ਰਾਜ ਉਹ ਸ਼ਾਇਦ ਐਲਈਡੀ ਅੱਜ ਕੱਲ੍ਹ ਚੱਲੀ ਨਾ ਉਹਦੇ ਜੀ ਕੁਦਾ ਪੜ੍ਹੇ ਲਿਖੇ ਆਪਣੇ ਅੰਦਰ ਗਏ ਸੋਚਦੇ ਨੇ ਭਾਈ ਇਹ ਚੀਜ਼ ਹੋਣੀ ਚਾਹੀਦੀ ਪਰ ਮੈਂ ਨਹੀਂ ਉਹ ਹੈ ਨਾ ਭਗਤ ਸਿੰਘ ਬਣਨਾ ਮੇਰੇ ਜੰਮਣਾ ਚਾਹੀਦਾ ਲੇਕਿਨ ਸਾਡੇ ਘਰ ਨਹੀਂ ਦੂਏ ਦਾ ਘਰ ਬਸ ਉਹ ਹੁੰਦੀ ਉਹ ਹੈ ਲੇਕਿਨ ਕੋਈ ਗੱਲ ਨਹੀਂ ਜਿੱਥੇ ਤੁਹਾਡੀ ਸਾਨੂੰ ਜਾਣਾ ਪਊ ਕਰਨੀ ਸਾਨੂੰ ਉੱਥੇ ਤੁਹਾਡੀ ਲੜਾਈ ਲੜੀ ਸੁਣਿਆ ਕੀ ਲੱਗ ਗਿਆ ਫਿਰ ਲੋਕ ਹੁਣ ਬਾਕੀ ਵਾਲੇ ਜਿਹੜੇ ਤੁਸੀਂ ਸੁਣਾ ਦੇ ਨਾ ਉਹ ਉਹਦੇ ਤੁਸੀਂ ਚਰਚਾ ਵੀ ਡਿਬੇਟ ਕਰੀ ਜਿਹੜੀ ਹੁਣ ਕਈ ਆਖਣਾ ਸਾਡੇ ਕੋਲ ਖੋਣ ਲਈ ਪੈਣ ਕਈ ਖੀ ਵੱਜੀ ਜਾਣੀ ਨਹੀਂ ਹੁਣ ਸਾਨੂੰ ਵੀ ਕਿਸੇ ਥੋਣ ਲਈ ਪਾਉਣਾ ਅਤੇ ਤੁਸੀਂ ਤਾਂ ਡਿਬੇਟ ਖੜੀ ਕਰੀ ਜਿਹੜੀ ਹੈ ਔਰ ਤੁਹਾਡੀ ਜਿਹੜਾ ਸੰਗਠਨ ਹੈ ਵੀ ਰਾਸ਼ਟਰੀ ਸੰਗਠਨ ਹੈ ਔਰ ਨਿਕਾ ਮੋਟਾ ਸੰਗਠਨ ਹੈ ਤਾਂ ਨਹੀਂ ਹੈ ਉਹਨੇ ਕੀ ਸੁਣਿਆ ਲੱਗ ਨਹੀਂ ਇਹਦੇ ਪਰ ਡਿਬੇਟ ਹੋਣੀ ਚਾਹੀਦੀ ਔਰ ਮੈਂ ਪੂਰੇ ਜੰਮੂ ਕਸ਼ਮੀਰ ਦੀ ਆਵਾਮ ਚਾਹੇ ਉਹ ਕੋਈ ਵੀ ਜਾਤੀ ਦਾ ਹੈ
ਚਾਹੇ ਮੈਂ ਪਹਿਲੇ ਤੁਸੀਂ ਪਹਿਲੇ ਮੈਂ ਇਹ ਗੱਲ ਸੁਣਾਈ ਕਿ ਦੇਖੋ ਅਗਰ ਐਸਸੀ ਐਸਟੀ ਦਾ ਵੀ ਇੱਕ ਗਰੀਬ ਘਰ ਦਾ ਬੱਚਾ ਨਾ ਆਰਕਸ਼ਣ ਉਹਦੇ ਤੋੜੀ ਵੀ ਨਹੀਂ ਮਿਲਦਾ, ਮੈਂ ਉਹਦੇ ਕੰਨੇ ਵੀ ਖੜੋਤੇ ਦਾ। ਮੈਂ ਸਾਰਿਆਂ ਕੀ ਇਹ ਸੁਨੇਹਾ ਦੇ ਕਿ ਕੱਲ੍ਹ ਕੀ ਜਿਹੜਾ ਕੋਈ ਪ੍ਰੋਟੈਸਟ ਕਰ ਚਾਹੇ ਰੋਡ ਉੱਪਰ ਚਾਹੇ ਸਾਡੇ ਕੰਨੇ ਹਰ ਜਾਤੀ ਆਵੇ, ਹਰ ਮਜ਼ਹਬ ਆਵੇ, ਇੱਕ ਸਿਰਫ ਰਾਜਪੂਤ ਅਤੇ ਬ੍ਰਾਹਮਣੇ ਦੀ ਗੱਲ ਨਹੀਂ ਕਰਦਾ, ਸਾਰੀਆਂ ਜਾਤੀਆਂ ਸਾਡੇ ਕੰਨੇ ਕੰਧੇ ਕੰਨੇ ਕੰਧਾ ਮਿਲਾਈਏ ਚੱਲਣ, ਉਹ ਜਿਸੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਅਸੀਂ ਮਿਲਣੀ ਚਾਹੀਦੀ, ਜਿਸੀ ਜਿਹੜੀ ਜ਼ਰੂਰਤ ਮਿਲਣੀ ਚਾਹੀਦੀ। ਅਰਜੁਨ ਸਿੰਘ ਹੋਣੀ ਸੁਣਾ ਦੇ, ਤੁਸੀਂ ਜਿਹੜੇ ਪ੍ਰਧਾਨ ਨੇ ਜੰਮੂ ਕਸ਼ਮੀਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ, ਔਰ ਉਹਨੇ ਸਾਫ਼ ਤੌਰ 'ਤੇ ਆਖਿਆ ਕਿ ਜਿਹੜਾ ਕਾਸਟ ਬੇਸਡ ਸਿਸਟਮ ਰਿਜ਼ਰਵੇਸ਼ਨ ਦਾ ਉਹ ਖਤਮ ਹੋਣਾ ਚਾਹੀਦਾ, ਔਰ ਇਸ ਦੇ ਕੰਨੇ ਕੰਨੇ ਜਿਹੜਾ ਹੈ ਉਹ ਕੋਈ ਹੋਰ ਕ੍ਰਾਈਟੇਰੀਆ ਹੋਇਆ ਇਨਕਮ ਬੇਸਡ ਸਿਸਟਮ ਉਹ ਹੋਣਾ ਚਾਹੀਦਾ। ਲੇਕਿਨ ਇਹ ਚਰਚਾ ਜਿਹੜੀ ਵਧਦੀ ਹੈ, ਕਹਿਲੀ ਵਧਦੀ ਹੈ, ਉਹ ਜਿਸ ਵੇਲੇ ਨੇ ਸਵਾਲ ਕੀਤੇ ਹੈ ਨਾ, ਉਹ ਲੀਡਰ ਗੁਥਨ ਆਪਣੇ ਵਾਲੇ ਦੇ ਥੋੜ੍ਹੇ ਜਿਹੇ ਨੇ ਗੱਲਾਂ ਹੀ ਗੋਲ ਮੋਲ ਕਰੀਡਿਆ ਉਹ ਕਹਿਲੀ ਕੀਤਾ, ਉਹ ਮੀਨੂੰ ਪਤਾ ਤੁਸੀਂ ਆਪਣੇ ਰਾਏ ਜਿਹੜੀ ਕਮੈਂਟ ਸੈਕਸ਼ਨ ਰੱਖਿਓ, ਦੇਖ ਲਓ ਗ੍ਰੇਟਰ ਜੰਮੂ ਕੈਮਨ ਸਿੰਘ ਨਾ ਮੈਂ ਪੰਕਜ।